ਬਠਿੰਡਾ ਦੇ ਪੰਚਮੁਖੀ ਬਾਲਾ ਜੀ ਮੰਦਿਰ ਦੇ ਕੋਲ ਰਹਿਣ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਮਹੇਸ਼ ਕੁਮਾਰ ਦਾ ਕੁਝ ਅਗਿਆਤ ਲੋਕਾਂ ਨੇ 1 ਸਾਲ 4 ਦਿਨ ਦਾ ਬੱਚਾ ਅਗਵਾ ਕਰ ਲਿਆ ਜਿਸ ਦਾ ਨਾਮ ਰਿਤਕ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਰਿੰਗ ਰੋਡ 'ਤੇ ਇੱਕ ਬੱਚਾ 1 ਸਾਲ ਦਾ, ਉਹਨੂੰ ਕੋਈ 3 ਬੰਦੇ ਬਲੈਰੋ ਗੱਡੀ ਕੈਂਪਰ ਦੇ ਵਿੱਚ ਖੇਡਾਂ ਚੱਕ ਕੇ ਲੱਗ ਗਏ। ਅਸੀਂ ਮੌਕੇ 'ਤੇ ਆਏ, ਅਤੇ ਮੈਂ ਮੌਕੇ 'ਤੇ ਡੀ ਐੱਸ ਪੀ ਸਾਹਿਬ ਆ ਗਏ, ਐੱਸ ਪੀ ਡੀ ਸਾਹਿਬ ਆ ਗਏ, ਅਸੀਂ ਵੈਰੀਫਾਈ ਕਰਦੇ ਹਾਂ ਸਾਰਾ ਕੇਸ, ਰਾਤ ਰਜਿਸਟਰ ਹੋ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।